ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਨ ਹੋ ਰਹੇ ਆ ਜੀ ਬੇਲ ਬ੍ਰਿਕਸ਼ ਪਿੱਛੇ। ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਇੱਥੇ ਆ ਕੇ ਬੈਠਦੇ ਹਨ। ਅਸੀਂ ਖੜ੍ਹੇ ਹਾਂ ਜੀ ਇਸ ਵੇਲੇ ਅਯੋਧਿਆ। ਅਯੋਧਿਆ ਜਿਹੜੀ ਸ਼੍ਰੀ ਰਾਮ ਚੰਦਰ ਜੀ ਦੀ ਜਨਮ ਭੂਮੀ ਹੈ, ਇਸ ਥਾਂ 'ਤੇ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਿਵਾਲੀ ਵਾਲੇ ਦਿਨ ਆਉਂਦੇ ਆ। ਅਤੇ ਜਿਵੇਂ ਕਿ ਆਪਾਂ ਨੂੰ ਪਤਾ ਕਿ ਦਿਵਾਲੀ ਜਿਹੜੀ ਆ ਉਹ ਸ਼੍ਰੀ ਰਾਮ ਚੰਦਰ ਜੀ ਦੇ ਨਾਲ ਹੀ ਰਿਲੇਟਡ ਮਨਾਈ ਜਾਂਦੀ ਹਿੰਦੂ ਵੀਰਾਂ ਵੱਲੋਂ। ਇੱਥੇ ਬਹੁਤ ਭਾਰੀ ਜੋੜ ਮੇਲਾ ਲੱਗਾ ਹੋਇਆ ਉਸ ਵੇਲੇ। ਉਸ ਵੇਲੇ ਗੁਰੂ ਸਾਹਿਬ ਇੱਥੇ ਪਹੁੰਚਦੇ ਹਨ। ਇੱਥੇ ਤਾਂ ਲਕਸ਼ਮੀ ਪੂਜਾ ਹੁੰਦੀ ਹੈ ਦਿਵਾਲੀ ਵਾਲੇ ਦਿਨ, ਅਤੇ ਗੁਰੂ ਸਾਹਿਬ ਇੱਥੇ ਆ ਕੇ ਸੱਜਦੇ ਹਨ ਇਸ ਬ੍ਰਿਕਸ਼ ਕੋਲ ਬੈਠ ਕੇ। ਜਿਹੜਾ ਉਸ ਵੇਲੇ ਇੱਥੇ ਪ੍ਰਚਲਿਤ ਕਾਰ ਸੀਗੀ, ਪੰਜ ਕਰਮ ਜਿਹੜੇ ਹਿੰਦੂ ਧਰਮ ਵੱਲੋਂ ਕੀਤੇ ਜਾਂਦੇ ਸੀਗੇ, ਦੁਆਰਕਾ ਦੀ ਯਾਤਰਾ ਕਰਨੀ ਇੱਥੋਂ, ਵਿਸ਼ਨੂੰ ਚਿੰਨ੍ਹ ਜਿਹੜੇ ਸਰੀਰ ਦੇ ਉੱਤੇ ਸੰਖ ਚੱਕਰ ਆਦਿ ਸਰੀਰ ਦੇ ਉੱਤੇ ਬਣਾਉਣੇ, ਗੋਪੀ ਚੰਦਨ ਦਾ ਤਿਲਕ ਲਾਉਣਾ, ਮੂਰਤੀ ਪੂਜਾ ਕਰਨੀ ਜਾਂ ਤੁਲਸੀ ਮਾਲਾ ਗਲ ਵਿੱਚ ਪਾਉਣੀ। ਗੁਰੂ ਸਾਹਿਬ ਜੀ ਨੇ ਜਿਹੜੇ ਉਹਨਾਂ ਦੇ ਪਤਵੰਤੇ ਸੱਜਣ ਸੀਗੇ ਉਹਨਾਂ ਨੂੰ ਬਿਠਾ ਕੇ ਸਮਝਾਇਆ ਕਿ ਇਹ ਸਾਰੇ ਬਾਹਰੀ ਚਿੰਨ੍ਹ ਹਨ, ਇਹਨਾਂ ਦਾ ਆਪ ਜੀ ਨੂੰ ਲਾਹਾ ਪ੍ਰਾਪਤ ਨਹੀਂ ਹੋਏਗਾ ਜੇ ਤੁਸੀਂ ਭਗਤੀ ਨਹੀਂ ਕਰਦੇ ਪਰਮੇਸ਼ਰ ਦੀ ਉਸ ਸੱਚੇ। ਜਿਵੇਂ ਗੁਰੂ ਸਾਹਿਬ ਨੇ ਆਪਾਂ ਨੂੰ ਇਤਿਹਾਸਾਂ ਦੀ ਵਾਰ 'ਚ ਸਮਝਾਇਆ ਨਾ, ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ, ਕਹਿੰਦੇ ਉਹ ਟਿੱਕੇ ਦਾ ਅਤੇ ਧਾਗੇ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਜੇ ਤੁਸੀਂ ਨਾਮ ਨਹੀਂ ਜਪਦੇ। ਅਜਿਹਾ ਹੀ ਸ਼ਾਇਦ ਸਾਡੇ 'ਤੇ ਵੀ ਕੁਛ ਲਾਗੂ ਹੁੰਦਾ। ਜੇ ਇੱਕ ਸਿੱਖ ਅੰਮ੍ਰਿਤ ਛਕ ਲੈਂਦਾ, ਕਕਾਰ ਧਾਰਨ ਕਰਦਾ, ਫਿਰ ਉਸ ਤੋਂ ਬਾਅਦ 'ਚੋਂ ਕਦੀ ਵੀ ਨਾਮ ਨਹੀਂ ਜਪਦਾ, ਬਾਣੀ ਨਹੀਂ ਪੜ੍ਹਦਾ, ਗੁਰੂ ਦੀ ਰਹਿਤ ਨਹੀਂ ਰੱਖਦਾ, ਗੁਰੂ ਦੇ ਕਹਿਣ 'ਤੇ ਕਰਨੀ ਨਹੀਂ ਕਰਦਾ, ਤਾਂ ਸ਼ਾਇਦ ਅਸੀਂ ਵੀ ਲਾਹਾ ਨਹੀਂ ਖੱਟ ਸਕਾਂਗੇ। ਗੁਰੂ ਸਾਹਿਬ ਨੇ ਇਹੀ ਸਾਨੂੰ ਵੀ ਸਮਝਾਇਆ ਕਿ ਜਦੋਂ ਗੁਰੂ ਸਾਹਿਬ ਆਸਾ ਦੀ ਵਾਰ 'ਚ ਸਮਝਾਉਂਦੇ ਹਨ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹਈ ਤਾਂ ਭਾਂਡੇ ਘੱਤ। ਇਹੀ ਗੁਰੂ ਸਾਹਿਬ ਨੇ ਕਿਹਾ ਸੀ ਨਾ ਜਦੋਂ ਉਹਨਾਂ ਨੂੰ ਜਨੇਊ ਪਾਉਣ ਲੱਗੇ ਸੀਗੇ, ਭਾਈ ਜਿਹੜੇ ਜਨੇਊ ਨੂੰ ਦਇਆ ਦੀ ਕਪਾਹ ਸੰਤੋਖ ਦਾ ਜਿਹਦਾ ਸੂਤ ਹੋਵੇ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ, ਜਤ ਦੀ ਜਿਹਦੇ ਉੱਤੇ ਗੰਢ ਹੋਵੇ, ਅਤੇ ਸੱਤ ਵੱਟ ਸੱਚਾਈ ਦਾ ਜਿਹਨੂੰ ਵੱਟ ਚੜਿਆ ਹੋਵੇ, ਉਹ ਜੇ ਜਨੇਊ ਤੁਹਾਡੇ ਕੋਲ ਹੈਗਾ ਤਾਂ ਸਾਨੂੰ ਪਾ ਦਿਉ। ਅਤੇ ਜਿਹੜੇ ਅਸੀਂ ਹਾਂ ਅਸੀਂ ਵੀ ਇਹੀ ਕਮਾਈ ਜੇ ਕਰਾਂਗੇ, ਇਹ ਸਾਡੇ ਅੰਦਰ ਇਹੀ ਜਿਹੜੇ ਗੁਣ ਹੋਣਗੇ, ਤਾਂ ਸਾਡਾ ਵੀ ਪਰਮੇਸ਼ਰ ਦੇ ਦਰ 'ਤੇ ਮੁੱਲ ਪਏਗਾ। ਇਹ ਅਯੋਧਿਆ ਨਗਰੀ ਹੈ, ਆ ਪਿੱਛੇ ਸਰਜੂ ਨਦੀ ਹੈ, ਨਦੀ ਬਿਲਕੁਲ ਇੱਥੋਂ ਨਾਲ ਹੀ ਬਿਲਕੁਲ ਕੰਧ ਦੇ ਪਿੱਛੇ ਚੱਲਦੀ ਹੈ। ਹੁਣ ਡੈਮ ਜਿਹਾ ਬਣਨ ਕਰਕੇ ਥੋੜ੍ਹਾ ਜਿਹਾ ਵਹਾਅ ਉਹਦਾ ਪਿੱਛੇ ਹੋ ਗਿਆ, ਪਰ ਅਜੇ ਵੀ ਉੱਥੇ ਪਾਣੀ ਖੜ੍ਹਾ ਹੈ। ਇਸ ਦੇ ਕੋਲ ਜਿੱਥੇ ਆ ਕੇ ਬੈਠਦੇ ਇਹਨੂੰ ਬ੍ਰਹਮ ਕੁੰਡ ਕਹਿੰਦੇ ਹਨ। ਬ੍ਰਹਮ ਕੁੰਡ ਵਾਲੇ ਥਾਂ 'ਤੇ ਗੁਰੂ ਸਾਹਿਬ ਸੱਜਦੇ ਹਨ। ਇੱਥੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਵੀ ਆਏ ਆ ਪੰਜਾਬ ਜਾਂਦਿਆਂ ਹੋਇਆਂ। ਇੱਥੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਜਦੋਂ ਪੰਡਿਤ ਵਿਚਾਰ ਕਰ ਰਹੇ ਹਨ, ਉਹ ਪੁੱਛਦੇ ਹਨ ਵੀ ਗੁਰੂ ਸਾਹਿਬ ਉਹਨਾਂ ਨੂੰ ਸਮਝਾਉਂਦੇ ਹਨ ਕਿ ਤਿੰਨ ਤਰ੍ਹਾਂ ਦੇ ਮਨੁੱਖ ਹੁੰਦੇ ਹਨ। ਪਹਿਲੇ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਗਿਆਨੀ ਕਹਿ ਦਿੰਦੇ ਹਾਂ, ਜਿਹੜੇ ਰੱਬ ਦੇ ਘਰ ਦੀ ਗੱਲ ਜਾਣਦੇ ਤਾਂ ਹੈਗੇ ਆ, ਪਰ ਰੱਬ ਨੂੰ ਮਿਲਣ ਦੀ ਕਦੀ ਕੋਸ਼ਿਸ਼ ਨਹੀਂ ਕਰਦੇ, ਉਹਦੇ ਰਸਤੇ ਦੱਸੇ ਤਾਂ ਆਪ ਨਹੀਂ ਤੁਰਦੇ, ਉਹਨਾਂ ਨੂੰ ਜਾਣਕਾਰੀ ਹੁੰਦੀ ਆ। ਦੂਜੇ ਹੁੰਦੇ ਅਵਧੂਤ। ਅਵਧੂਤ ਉਹ ਹੁੰਦੇ ਜਿਨ੍ਹਾਂ ਦੇ ਅੰਦਰ ਅਖਰੀ ਗਿਆਨ ਤਾਂ ਭਾਵੇਂ ਨਾ ਹੋਵੇ, ਪਰ ਉਹਨਾਂ ਦੇ ਅੰਦਰ ਜੋਤ ਜਾਗ ਗਈ ਹੁੰਦੀ, ਉਹਨਾਂ ਦੇ ਅੰਦਰ ਰੋਸ਼ਨ ਹੋ ਗਿਆ ਹੁੰਦਾ, ਦੁਨੀਆ ਨੂੰ ਉਹਨਾਂ ਦਾ ਮੋਹ ਟੁੱਟ ਚੁੱਕਾ ਹੁੰਦਾ, ਉਹ ਆਪ ਤਰ ਜਾਂਦੇ ਇਸ ਦੁਨੀਆ ਤੋਂ, ਪਰ ਉਹਨਾਂ 'ਚ ਇਹ ਸ਼ਕਤੀ ਨਹੀਂ ਹੁੰਦੀ ਕਿ ਕਿਸੇ ਨੂੰ ਤਾਰ ਸਕਣ। ਅਤੇ ਤੀਜੇ ਹੁੰਦੇ ਮਹਾਂਪੁਰਖ। ਜਿਹੜੇ ਮਹਾਂਪੁਰਖ ਹੁੰਦੇ ਆ ਉਹਨਾਂ ਨੂੰ ਹਰ ਤਰ੍ਹਾਂ ਦੀ ਜਿਹੜੀ ਆ ਵਿੱਦਿਆ ਦੀ ਜਿਹੜਾ ਗਿਆਨ ਹੁੰਦਾ ਵਾ, ਉਹ ਆਪ ਤਰੇ ਹੁੰਦੇ ਆ, ਉਹਨਾਂ ਦੇ ਵਿੱਚ ਇਹ ਸ਼ਕਤੀ ਹੁੰਦੀ ਕਿ ਉਹ ਦੂਜਿਆਂ ਨੂੰ ਵੀ ਤਾਰ ਸਕਦੇ ਹਨ, ਉਹ ਜਿਹੜੇ ਗੁਣ ਆਸ਼ੀਰਵਾਦ ਰੂਪ ਦੇ ਸਕਦੇ ਹਨ। ਇੱਦਾਂ ਇੱਥੇ ਪਹਿਲੇ ਪਾਤਸ਼ਾਹ ਜਿਹੜੀ ਸਾਰੇ ਵਿਚਾਰ ਕਰਦੇ ਹਨ। ਨੌਵੇਂ ਪਾਤਸ਼ਾਹ ਇੱਥੇ ਆ ਕੇ ਬੈਠਦੇ ਹਨ ਸਰਜੂ ਨਦੀ ਦੇ ਕੰਢੇ। ਭਾਈ ਚੂਹੜ ਅਤੇ ਭਾਈ ਚੋਜੜ ਬਹੁਤ ਸੇਵਾ ਕਰਦੇ ਆ, ਇਹਨਾਂ ਦਾ ਨਾਮ ਵੀ ਭਾਈ ਗੁਰਦਾਸ ਜੀ ਨੇ 11ਵੀਂ ਵਾਰ ਦੇ ਵਿੱਚ ਅੰਕਿਤ ਕੀਤਾ ਹੈ। 10ਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਜਦੋਂ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਜਾ ਰਹੇ ਹਨ ਤਾਂ ਰਸਤੇ ਵਿੱਚ ਅਯੁੱਧਿਆ ਆਉਂਦੇ ਹਨ। ਇੱਥੋਂ ਦਾ ਜਿਹੜਾ ਰਾਜਾ ਸੀਗਾ ਮਾਨ ਸਿੰਘ, ਉਹਦਾ ਜਿਹੜਾ ਮਹਿਲ ਆ ਉਹਦੇ ਬਾਹਰ ਉਹਦੀ ਬਹੁਤ ਵੱਡੀ ਬਗੀਚੀ ਹੈ, ਬਾਗ ਹੈ, ਜਿੱਥੇ ਗੁਰੂ ਸਾਹਿਬ ਆ ਕੇ ਸੱਜਦੇ ਹਨ। ਰਾਜਾ ਗੁਰੂ ਸਾਹਿਬ ਨਮਸਕਾਰ ਕਰਨ ਆਉਂਦਾ ਹੈ ਅਤੇ ਗੁਰੂ ਸਾਹਿਬ ਨੂੰ ਪੁੱਛਦੇ ਬਾਗ ਕਿਸ ਦਾ ਹੈ, ਤਾਂ ਕਹਿੰਦਾ ਗੁਰੂ ਸਾਹਿਬ ਆਪ ਜੀ ਦਾ।
ਤੇ ਗੁਰੂ ਸਾਹਿਬ ਨੂੰ ਫਿਰ ਕੀ ਕਰਦਾ, ਉਹ ਗੁਰੂ ਸਾਹਿਬ ਨੂੰ ਹੀ ਬਾਗ ਦੀ ਜ਼ਮੀਨ ਜਿਹੜੀ ਗੁਰੂ ਸਾਹਿਬ ਦੇ ਭੇਟਾ ਕਰ ਦਿੰਦਾ। ਉਹ ਸਥਾਨ ਗੁਰੂ ਸਾਹਿਬ ਦਾ ਉੱਥੇ ਗੁਰਦੁਆਰਾ ਨਜ਼ਰ ਬਾਗ, ਉਸ ਗੁਰਦੁਆਰਾ ਸਾਹਿਬ ਦਾ ਨਜ਼ਰ ਬਾਗ, ਗੁਰਦੁਆਰਾ ਸਾਹਿਬ ਦਾ ਨਾਮ ਹੀ ਇਲਾਕੇ ਦਾ ਵੀ ਪੈ ਗਿਆ, ਕਿਉਂਕਿ ਉਹਨਾਂ ਨੇ ਗੁਰੂ ਜੀ ਨੂੰ ਨਜ਼ਰਾਨਾ ਭੇਟ ਕੀਤਾ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਉਸ ਜ਼ਮੀਨ ਦਾ, ਉਸ ਕਰਕੇ ਉਹਦਾ ਨਾਂ ਨਜ਼ਰ ਬੈਗ ਪੈ ਗਿਆ। ਉਸ ਗੁਰਦੁਆਰਾ ਸਾਹਿਬ ਦਾ ਨਾਂ ਨਜ਼ਰ ਬਾਗ, ਇਸ ਗੁਰਦੁਆਰਾ ਸਾਹਿਬ ਦਾ ਨਾਂ ਬ੍ਰਹਮ ਕੁੰਡ। ਇਹ ਇੱਥੋਂ ਦੇ ਇਤਿਹਾਸਿਕ ਸਥਾਨ ਹਨ। ਜਿਹੜਾ ਗੁਰਦੁਆਰਾ ਨਜ਼ਰ ਬਾਗ ਹੈ, ਉੱਥੇ ਰਿਹਾਇਸ਼ ਵਾਸਤੇ ਵੀ ਕਮਰੇ ਹਨ ਸੰਗਤ ਆਉਣ ਵਾਸਤੇ। ਗੁਰੂ ਸਾਹਿਬ ਦਾ ਬਹੁਤ ਸੋਹਣਾ ਦੀਵਾਨ ਹਾਲ, ਗੁਰੂ ਸਾਹਿਬ ਦਾ ਉੱਥੇ ਲੰਗਰ, ਗੁਰੂ ਸਾਹਿਬ ਦਾ ਬਹੁਤ ਸੋਹਣਾ ਦਰਬਾਰ ਬਣਿਆ ਹੋਇਆ ਹੈ। ਇਹ ਸਥਾਨ ਹੈ ਜਿੱਥੋਂ ਦੀ ਸੇਵਾ ਇੱਥੋਂ ਦੇ ਲੋਕਲ ਮਹੰਤ ਕਰਦੇ ਹਨ। ਇੱਥੇ ਦਸਵੇਂ ਪਾਤਸ਼ਾਹ, ਪਹਿਲੇ ਪਾਤਸ਼ਾਹ, ਨੌਵੇਂ ਪਾਤਸ਼ਾਹ ਸਾਰੇ ਆਏ ਹਨ ਅਤੇ ਇੱਥੇ ਦੀ ਸੇਵਾ ਸੰਭਾਲ ਉਹ ਕਰਦੇ ਹਨ। ਅਤੇ ਇਹ ਆਪ ਜੀ ਦੇ ਨਾਲ ਇੱਥੋਂ ਦੀ ਇਤਿਹਾਸਿਕ ਜਾਣਕਾਰੀ ਸਾਂਝੀ ਕੀਤੀ ਹੈ। ਗੁਰੂ ਸਾਹਿਬ ਕਿਰਪਾ ਕਰਨ, ਸੇਵਾ ਲੈਂਦੇ ਰਹਿਣ। ਆਪ ਜੀ ਨੇ ਵੀਡੀਓ ਸ਼ੇਅਰ ਜ਼ਰੂਰ ਕਰਨੀ, ਪੇਜ ਨਿਸ਼ਾਨ ਸਿੰਘ ਆਸਟ੍ਰੇਲੀਆ ਲਾਈਕ ਸ਼ੇਅਰ ਜ਼ਰੂਰ ਕਰਨਾ। ਹੋਈਆਂ ਭੁੱਲਾਂ ਦੀ ਮੁਆਫ਼ੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।